ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਆਏ ਤੇ ਜੀ ਮੋਟਰ 'ਤੇ, ਜਿੱਥੇ ਆਪਾਂ ਚਪਸੋਨਾ ਬੰਨ ਦੀ ਬੇਲ ਬੜਾਈ ਹੋਈ ਆ, ਅਤੇ ਬਾਕੀ ਮੀਂਹ ਤੋਂ ਬਾਅਦ ਮਾਰਨ ਆਏ ਤੀ ਗੇੜਾ। ਮੀਂਹ ਤਾਂ ਆਪਣੇ ਏਰੀਏ 'ਚ ਘੱਟੇ ਪਿਆ, ਬਾਹਲਾ ਜ਼ਿਆਦਾ ਨਹੀਂ ਹੈਗਾ, ਕੋਈ ਨੁਕਸਾਨ ਨਹੀਂ ਫਸਲਾਂ ਨੂੰ। ਬਾਕੀ ਵੱਟਾਂ ਦੇ ਉੱਪਰੋਂ ਆਲੂ ਨੰਗਾ ਕਰਤਾ ਮੀਂਹ ਨੇ, ਰੇਤਾ ਖੇਤ ਕਰਕੇ। ਦੇਖੋ ਆਲੂ ਕਿੱਦਾਂ ਜਮਕਦਾ ਵੱਟਾਂ ਦੇ ਉੱਪਰ। ਬਾਕੀ ਕਿਤੇ ਕਿਤੇ ਖੜ੍ਹਾ ਹੈ ਪਾਣੀ ਅਖਾਲੀਆਂ 'ਚ, ਬਾਕੀ ਹੋਰ ਕੋਈ ਨੁਕਸਾਨ ਨਹੀਂ। ਇਹ ਵੀ ਪੱਟਾਂਗੇ ਬਸ, ਹੁਣ ਧੁੱਪਾਂ ਲੱਗੇ ਤੇ 2-4 ਦਿਨ ਦੀ ਧੁੱਪਾਂ ਲੱਗ ਜਾਵੇ ਫਿਰ ਵੱਟਾਂ ਸੁੱਕ ਜਾਣਗੀਆਂ ਐਨ, ਅਤੇ ਫਿਰ ਕਰਾਂਗੇ ਪਟਾਈ ਸ਼ੁਰੂ। ਜਲੰਧਰ ਬਠਿੰਡੇ ਏਰੀਏ ਕੰਨੀ, ਜਲੰਧਰ ਏਰੀਏ ਕੰਨੀ ਕਾਫੀ ਨੁਕਸਾਨ ਹੋਇਆ, ਬਹੁਤ ਜ਼ਿਆਦਾ ਗੋਲੇ ਪਏ ਨੇ, ਮੀਂਹ ਵੀ ਬਹੁਤ ਜ਼ਿਆਦਾ ਪੈ ਗਿਆ, ਉੱਧਰ ਫਸਲਾਂ ਦਾ ਨੁਕਸਾਨ ਕਾਫੀ ਹੋ ਗਿਆ। ਬਾਕੀ ਆਪਣੇ ਏਰੀਏ 'ਚ ਹਲੇ ਬਚਾ ਏ, ਬਾਕੀ ਮੌਸਮ ਹੋ ਗਿਆ ਸਾਫ, ਧੁੱਪਾਂ ਨਿਕਲੀ ਹੋਈ ਆ, ਪਟਾਈਆਂ ਚੱਲਦੀਆਂ ਤੀ ਆਲੂਆਂ ਦੀਆਂ ਉਹ ਵੀ ਬੰਦ ਹੋ ਗਈਆਂ, ਸਮਝ ਲਓ 3-4 ਦਿਨ ਤੱਕ ਖੁੱਲ੍ਹ ਕੇ ਪਟਾਈਆਂ ਦੁਬਾਰਾ ਚੱਲਣਗੀਆਂ, ਖੇਤ ਹੋ ਗਏ ਗਿੱਲੇ ਮੀਂਹ ਕਾਰਨ। ਬਾਕੀ ਦੇਖੋ ਇੱਦਾਂ ਦਾ ਖੇਤ ਆ, ਹਲੇ ਮੰਨ ਕੇ ਚੱਲੋ 2-4 ਦਿਨ ਤਾਂ ਲੱਗਣਗੇ ਪਟਾਈ ਕਰਨ ਨੂੰ। ਦੇਖੋ ਕਿੱਦਾਂ ਨੰਗਾ ਕਰਤਾ ਆਲੂ। ਬਾਕੀ ਮਾਰਦੇ ਹਾਂ ਦੂਜੀ ਮੋਟਰ 'ਤੇ ਵੀ ਗੇੜਾ, ਮੱਕੀ ਮੁੱਕੀ ਦੇਖਦੇ ਹਾਂ ਉੱਧਰ ਜਾ ਕੇ ਵੀ ਕਿਵੇਂ ਹੋਈ ਆ। ਅਤੇ ਆਪਣੇ ਏਰੀਏ 'ਚ ਦੱਸਿਓ ਤੁਸੀਂ ਵੀ ਕਿੱਥੇ ਕਿੱਥੇ ਜ਼ਿਆਦਾ ਮੀਂਹ ਪਿਆ, ਵੀ ਨੁਕਸਾਨ ਤਾਂ ਨਹੀਂ ਹੋਇਆ, ਕਮੈਂਟ ਕਰਕੇ ਦੱਸਿਓ। ਬਾਕੀ ਆਪਣਾ ਏਰੀਆ ਹੈਗਾ ਅਮਲੋਹ ਖੰਨਾ ਏਰੀਆ ਆਪਣਾ, ਇੱਧਰ ਤਾਂ ਹਲੇ ਬਚਾ ਏ, ਘੱਟੇ ਪਿਆ ਮੀਂਹ। ਬਾਕੀ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ। ਹਾਂਜੀ ਆਪਣੀ ਆਹ ਮੱਕੀ ਵੀ ਹੋਊਗੀ ਵਧੀਆ ਹਰੀ, ਦੇਖੋ ਵਧੀਆ ਨਿਕਲੀ ਹੈ ਸਾਰੀ ਇੱਕ ਸਾਰ, ਅਤੇ 12-13 ਦਿਨ ਦਾ ਹੋ ਗਿਆ ਮੱਕੀ। ਇਹ ਹੈਗੀ ਆ ਆਪਣੀ ਪਰਲਾ ਖੇਤ ਹੈਗਾ, ਇਹ 92-08 ਬੀਜੀ ਹੋਈ ਆ, ਉਹ 'ਚ ਆਪਾਂ ਇਹ ਬੀਜੀ ਹੋਈ ਆ, 13-68 ਬੀਜ ਬੀਜਿਆ ਹੋਇਆ ਏ, ਸਾਰੀ ਵਧੀਆ ਖੜ੍ਹੀ ਆ ਇੱਕ ਨੰਬਰ। ਅਤੇ ਬਾਕੀ ਇੱਧਰਲਾ ਪਲਾਟ ਵੀ 13-68 ਦਾ ਹੀ ਆ, ਇਹ ਹਲੇ ਨਿਕਲ ਰਹੀ ਆ, ਬੀਜੇ ਖੇਤ ਇੱਕੋ ਦਿਨ ਦੇ ਨੇ, ਇਹ ਆਹ ਖੇਤ ਵੀ ਇੱਕੋ ਦਿਨ ਬੀਜਿਆ ਦੀ, ਅਤੇ ਆਹ ਵੀ ਇੱਕੋ ਦਿਨ ਬੀਜਿਆ ਹੋਇਆ, ਆਹ ਪੂਰਾ ਚੰਗੀ ਤਰ੍ਹਾਂ ਬਾਹਰ ਆ ਗਿਆ। ਮੰਨ ਲਓ ਇਹਨੂੰ ਪਾਣੀ ਪਹਿਲਾਂ ਲੱਗ ਗਿਆ ਦੀ, ਉਹੀ 2-4 ਦਿਨ ਪਹਿਲਾਂ ਲੱਗਿਆ ਹੋਇਆ ਪਾਣੀ ਇਹਨੂੰ, ਆਹ ਖੇਤ ਨੂੰ ਲੱਗਿਆ ਹੋਇਆ ਬਾਅਦ 'ਚੋਂ, ਇੰਨਾ ਜ਼ਿਆਦਾ ਫਰਕ ਆ ਪਾਣੀ ਦਾ ਵੀ, ਹਲੇ ਨਿਕਲ ਰਹੀ ਆ ਕਿਤੇ ਕਿਤੇ। ਬਾਕੀ ਪਿੰਡ ਵਾਲੀ ਦੂਜੀ ਮੋਟਰ 'ਤੇ ਵੀ ਨਿਕਲ ਰਹੀ ਆ ਮੱਕੀ ਆਪਣੀ, ਉੱਥੇ ਵੀ ਸਾਰੀ 13-68 ਆ। ਬਾਕੀ ਇਹਦੀ ਬਿਜਾਈ ਕਰੀ ਹੋਈ ਆ ਆਪਾਂ 8.25 ਇੰਚ 'ਤੇ ਬਿਜਾਈ ਆ ਇਹਦੀ, ਦੇਖੋ ਇੰਨੇ ਕੁ ਫਰਕ ਨਾਲ ਖੜ੍ਹੀ ਆ।
ਜਿੰਨੀ ਜ਼ਿਆਦਾ ਛੱਦੀ ਰੱਖਾਂਗੇ ਨਾਲੇ ਤਾਂ ਟਾਂਡਾ ਮਜ਼ਬੂਤ ਬਣਦਾ ਏ ਅਤੇ ਬਾਕੀ ਛੱਲੀ ਵੀ ਵਧੀਆ ਲੱਗਦੀ ਆ। ਇਸੇ ਕਰਕੇ ਆਪਾਂ ਥੋੜ੍ਹੀ ਦੂਰ ਬਜਾਈ ਦੀ ਇਹ ਅਤੇ ਉਹ ਪਰਲਾ ਖੇਤ ਹੈਗਾ 8 ਇੰਚ ਦੇ ਵਿੱਚ ਹੀ ਆ ਉਹ। ਬਾਕੀ ਲੇਬਰ ਬੈਠੀ ਆ ਵਿਹਲੀ ਮੀਂਹ ਕਰਕੇ, ਪਟਾਈ ਕਿਤੇ ਚੱਲਦੀ ਨਹੀਂ, ਪਟਾਈਆਂ ਨੇ ਬੰਦ। ਬਾਕੀ ਸਵਾਹ ਦਾ ਕੰਮ ਵੀ ਚੱਲਦਾ ਉੱਧਰਲੇ ਖੇਤ 'ਚ, ਅੱਜ ਮੁੱਕ ਜੂਗਾ ਸਵਾਹ ਵਾਲਿਆਂ ਦਾ ਕੰਮ ਅਤੇ ਨਾਲੇ ਖੇਤ ਚਿੱਟੇ ਹੋ ਜਾਣਗੇ ਅਤੇ ਸਵਾਹ ਖੰਡਾ ਕੇ ਉੱਧਰ ਵੀ ਬਿਜਾਉਣੀ ਆ ਮੱਕੀ 1899 ਦਾ ਬੀਜ। ਆਮ ਮੋਟਰ 'ਤੇ ਵੀ ਨਕਲੀ ਮੱਕੀ ਆਪਣੀ ਪੂਰੀ ਵਧੀਆ, ਬਾਹਰ ਸਾਰੀ ਕਿਸਾਰ ਨਿਕਲੀ ਆ, ਬਾਹਰ ਦੇਖੋ ਸਾਰੀ ਜੰਮਿਆ ਜੀ। ਅਤੇ ਬਾਕੀ ਗੰਨੇ ਦੀ ਟਰਾਲੀ ਆਪਾਂ ਲਾਇਆ ਸੀ ਮਿੱਲ 'ਚ ਅਤੇ ਹੁਣ ਦੇਖਦੇ ਹਾਂ ਕਦ ਦਿੰਦੇ ਨੇ ਪਰਚੀ। ਬਾਕੀ ਦੇਖੋ ਪੂਰੀ ਵਧੀਆ ਜੰਮੀ ਹੋਈ ਆ ਮੱਕੀ, ਐਨ ਇੱਕ ਨੰਬਰ। ਬਾਕੀ ਹਲੇ ਗਰਾ ਪਿਆ ਆਪਣਾ ਆਲੂਆਂ ਦਾ, ਸਟੈਨੇ ਦਾ, ਅੱਜ ਆਇਆ ਸੀ ਦੇਖਣ ਵਪਾਰੀ ਅਤੇ ਬਾਕੀ ਕਰ ਗਿਆ ਚੈੱਕ, ਰੇਟ ਹੈਗਾ ਇਹਦਾ 17-18 ਰੁਪਏ ਦੇ ਲਵੇ ਹੈਗਾ ਏ। ਬਾਕੀ ਦੇਖ ਕੇ ਫਿਰ ਜਿਵੇਂ ਵੀ ਗੱਲ ਬਣੂਗੀ ਦੇ ਦਾਂਗੇ। ਸਾਰੇ ਪਲਾਟਾਂ ਜਾ ਦੇ ਮੱਕੀ ਨਿਕਲੀ ਪਰਲੇ ਪਾਸੇ। ਸਰੋਂ 'ਤੇ ਵੀ ਕਰਵਾ ਤੀ ਦੀ ਆਪਾਂ ਸਪਰੇ, ਸਰੋਂ ਵੀ ਐਨ ਪੂਰੀ ਵਧੀਆ ਖੜ੍ਹੀ ਆ ਦੇਖੋ। ਬਾਕੀ ਉਹ ਸਾਹਮਣੇ ਵਾਲੀ ਮੋਟਰ 'ਤੇ ਵੀ ਰਹਿੰਦੇ ਨੇ ਆਪਣੇ ਕੋਲ ਬਈਏ ਲੇਬਰ, ਚੱਲਦਾ ਜੀ ਖੇਤ 'ਚ ਸਵਾਹ ਦਾ ਕੰਮ। ਇਹ ਆਪਾਂ 50 ਟਰਾਲੀਆਂ ਦਾ ਗੇਟ ਪਵਾ ਦੇਣਾ ਸਵਾਹ ਦਾ ਅਤੇ ਅੱਜ ਨਿਬੜ ਜੂਗਾ। ਇੱਧਰੋਂ ਤਾਂ ਸਾਰੇ ਖੇਤ 'ਚ ਪੈ ਗਏ ਆ, ਆ ਰਹਿੰਦਾ ਖੇਤ ਦਾ ਥੋੜ੍ਹਾ ਜਿਹਾ ਗੱਬਾ ਜਿਹਾ ਅਤੇ ਬਾਕੀ ਟਰਾਲੀ ਆ ਗਈ, ਪੈ ਜਾਣਗੀਆਂ ਹੋਰ 10-15 ਟਰਾਲੀਆਂ ਹੋਰ। ਬਾਕੀ ਮੀਂਹ ਕਰਕੇ ਖੇਤ ਵੀ ਹੈਗਾ ਗਿੱਲਾ ਆਪਣਾ, ਪਰ ਸਵਾਹ ਵਾਲੇ ਸੱਟੀ ਜਾਂਦੇ ਨੇ। ਆ ਦੇਖੋ ਕਿਵੇਂ ਟਰੈਕਟਰਾਂ ਨੇ ਲਹੂਰ ਵੱਢਿਆ ਪਿਆ, ਲੀਹ ਪੱਕੀ ਕਰਕੇ ਫਿਰ ਲੰਘੀ ਜਾਂਦਾ ਟਰੈਕਟਰ। ਬਾਕੀ ਧਰਤੀ ਚਿੱਟੀ ਹੋਏ ਤਾਂ ਫਿਰ ਇਹਨੂੰ ਖੰਡਾਵਾਂਗੇ ਸਾਰੇ ਖੇਤ 'ਚ ਖੰਡਾ ਕੇ, ਫਿਰ ਜ਼ਮੀਨ ਤਿਆਰ ਕਰਕੇ ਫਿਰ ਬਿਜਾਈ ਕਰਾਂਗੇ ਮੱਕੀ ਦੀ। ਆ ਗਿਆ 3600 ਕੋੜ। ਇਹ ਆਪਣੇ ਸਲਾਣਾ ਗੰਨਾ ਮਿੱਲ 'ਚੋਂ ਆਉਂਦੀ ਆ ਸਵਾਹ, ਜਿਹੜੀ ਆਪਣੇ ਗੰਨੇ ਦੀ ਰਹਿੰਦ ਖੂੰਦ ਜੀ ਹੁੰਦੀ ਆ, ਉਹਨੂੰ ਅੰਦਰ ਉਹਦੀ ਅੱਗ ਜਾਲ ਕੇ ਉਹਦੀ ਸਵਾਹ ਬਣਾਉਂਦੇ ਨੇ, ਉਹ ਆਉਂਦੀ ਆ। ਬਾਕੀ ਇੱਧਰਲੇ ਖੇਤ 'ਚ ਨਹੀਂ ਆਪਾਂ ਪਾਉਣੀ ਸਵਾਹ, ਇਹ ਇੱਦਾਂ ਹੀ ਛੱਡ ਲਾਂਗੇ, ਜੇ ਗਾਹਾਂ ਨੂੰ ਪਵਾਵਾਂਗੇ। ਫਿਰ ਮੱਕੀ ਦੀ ਬਿਜਾਈ ਥੋੜ੍ਹੀ ਲੇਟ ਹੁੰਦੀ ਆ, ਅੱਜ ਹੋ ਗਈ 4 ਮਾਰਚ, ਜਿਹੜੀ 10 ਤਰੀਕ ਤੱਕ ਮੱਕੀ ਬੀਜੀ ਜਾਵੇ। ਅਤੇ ਆਲੂ ਦੀ ਪਟਾਈ ਦਾ ਕੰਮ ਵੀ ਮੀਂਹ ਕਰਕੇ ਰੁਕਿਆ ਹੋਇਆ ਏ, ਕੱਲ੍ਹ ਨੂੰ ਚਲਾਵਾਂਗੇ ਆਲੂ ਦੀ ਪਟਾਈ ਦਾ ਕੰਮ।
ਅੱਜ ਵੱਟਾਂ ਵੁੱਟਾਂ ਸੁੱਕ ਜਾਣੀਆਂ, ਧੁੱਪਾਂ ਵਧੀਆ ਨਿਕਲੀ ਹੋਈ ਆ। ਬਾਕੀ ਬੀਜ ਲੈ ਕੇ ਆਉਂਦੇ ਹਾਂ ਅੱਜ ਮੱਕੀ ਦਾ 1899 ਦਾ, ਅਤੇ ਲੈ ਕੇ ਆਉਣਾ ਆਪਾਂ 8-10 ਖੇਤਾਂ ਦਾ ਲਿਆਉਂਦੇ ਹਾਂ ਹਲੇ। ਬਾਕੀ ਜਿਵੇਂ ਜਿਵੇਂ ਪਟਾਈ ਹੋਈ ਜਾਊਗੀ ਉਦੋਂ ਉਦੋਂ ਬਿਜਾਈ ਕਰੀ ਜਾਵਾਂਗੇ ਮੱਕੀ ਦੀ।